ਇੱਕ ਪਾਸੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਲਈ ਇੰਗਲੈਂਡ ਵਿਚਲੇ ਖਾਲਿਸਤਾਨ ਸਮਰਥਕ ਰੈਫਰੈਂਡਮ 2020 ਲਈ ਰੈਲੀਆਂ ਕਰ ਰਹੇ ਨੇ, ਤਾਂ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇੱਕ ਖਾਲਿਸਤਾਨੀ ਸਮਰਥਕ ਦਾ ਅਸ਼ਲੀਲ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ। ਹੈਰਾਨਗੀ ਦੀ ਗੱਲ ਇਹ ਹੈ ਕਿ ਵੀਡੀਓ ਬਣਾਇਆ ਵੀ ਉਸ ਸਮਰਥਕ ਨੇ ਖੁਦ ਆਪ ਹੈ। ਇਹ ਵੀਡੀਓ ਅੱਜ ਕੱਲ੍ਹ ਬੇਹੱਦ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਖਾਲਿਸਤਾਨੀ ਸਮਰਥਕ ਇੱਕ ਟਰਾਂਸਜੈਂਡਰ ਦੇ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿਖਾਈ ਦੇ ਰਿਹਾ, ਜਿਸ ਨੂੰ ਦੇਖ ਕੇ ਕਈਆਂ ਨੇ ਕੰਨਾਂ ਨੂੰ ਹੱਥ ਲਾ ਲਏ ਅਤੇ ਕਈਆਂ ਦੇ ਮੂੰਹ ਖੁੱਲ੍ਹੇ ਰਹਿ ਗਏ। ਵੀਡੀਓ ਵਿੱਚ ਦਿਖਾਈ ਦੇ ਰਹੇ ਇਸ ਸ਼ਖਸ ਦਾ ਨਾਮ ਹਰਸਿਮਰਨਜੀਤ ਸਿੰਘ ਖਹਿਰਾ ਦੱਸਿਆ ਜਾ ਰਿਹਾ, ਜੋ ਕਿ ਸਿੱਖ ਫੈਡਰੇਸ਼ਨ UK ਦਾ ਮੇਨ ਲੀਡਰ ਮੰਨਿਆ ਜਾਂਦਾ ਹੈ ਅਤੇ ਅਕਸਰ ਸਿੱਖ ਜਥੇਬੰਦੀਆਂ ਵੱਲੋਂ ਲਾਈਆਂ ਜਾਂਦੀਆਂ ਸਟੇਜਾਂ 'ਤੇ ਖਾਲਿਸਤਾਨ ਦਾ ਪ੍ਰਚਾਰ ਕਰਦਿਆਂ ਦੇਖਿਆ ਜਾ ਸਕਦਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਪਿੱਛੇ ਜਿਹੇ ਇਸ ਸ਼ਖਸ ਨੇ ਇੰਗਲੈਂਡ ਵਿੱਚ ਭਾਰਤ ਦਾ ਝੰਡਾ ਫੂਕ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਖ਼ਬਰ ਹੈ ਕਿ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਸਿਮਰਨਜੀਤ ਸਿੰਘ ਖਹਿਰਾ ਨੇ ਆਪਣਾ ਫੇਸਬੁੱਕ ਪੇਜ ਡਿਲੀਟ ਕਰ ਦਿੱਤਾ ਅਤੇ ਉਹ ਖੁਦ ਆਪ ਰੁਪੋਸ਼ ਹੋ ਗਿਆ। ਇੱਕ ਸਾਬਤ ਸੂਰਤ ਸਿੱਖ ਵੱਲੋਂ ਟਰਾਂਸਜੈਂਡਰ ਦੇ ਨਾਲ ਅਜਿਹੀਆਂ ਹਰਕਤਾਂ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਇਸ ਦੀ ਘੋਰ ਨਿੰਦਾ ਕੀਤੀ ਜਾ ਰਹੀ ਹੈ। ਉੱਥੇ ਹਰਸਿਮਰਨਜੀਤ ਸਿੰਘ ਖਹਿਰਾ ਵੱਲੋਂ ਚਲਾਈ ਜਾ ਰਹੀ ਖਾਲਿਸਤਾਨ ਪੱਖੀ ਲਹਿਰ ਨੂੰ ਵੀ ਵੱਡੀ ਸੱਟ ਵੱਜੀ ਮੰਨਿਆ ਜਾ ਰਿਹਾ। ਅਜੇ ਵਿੱਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਆਪਣੇ ਅਗਿਆਤਵਾਸ ਤੋਂ ਬਾਹਰ ਨਿਕਲ ਕੇ ਖਹਿਰਾ ਕੀ ਸਫਾਈ ਦਿੰਦਾ ਅਤੇ ਲੋਕ ਉਸ ਵੱਲੋਂ ਕੀਤੇ ਜਾ ਰਹੇ ਖਾਲਿਸਤਾਨ ਪੱਖੀ ਪ੍ਰਚਾਰ ਨੂੰ ਹੁਣ ਭਵਿੱਖ ਵਿੱਚ ਕਿਸ ਤਰ੍ਹਾਂ ਲੈਂਦੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।